ਬਠਿੰਡਾ ਜ਼ਿਲ੍ਹਾ ਦੇ ਮੇਰੇ ਨੌਜਵਾਨ ਬੇਟੇ ਤੇ ਬੇਟੀਓ, ਕੈਪਟਨ ਅਮਰਿੰਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਯੋਜਨਾ ਸਕੀਮ ਦੇ ਤਹਿਤ 12 ਤੇ 13 ਨਵੰਬਰ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ 14 ਤੋਂ 19 ਨਵੰਬਰ ਨੂੰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿੱਚ ਇੱਕ ਭਾਰੀ ਰੋਜ਼ਗਾਰ ਮੇਲਾ ਮੁਨਕਦ ਕੀਤਾ ਜਾ ਰਿਹਾ। ਇਸ ਮੇਲੇ ਦੇ ਵਿੱਚ ਤਕਰੀਬਨ 116 ਕੰਪਨੀਆਂ ਆਉਣਗੀਆਂ ਔਰ ਤਕਰੀਬਨ 7,500 ਨੌਕਰੀਆਂ ਅਤੇ ਮੌਕੇ ਜਿਹੜੇ ਹੈ ਉਹ ਬੱਚਿਆਂ ਲਈ ਪੇਸ਼ ਕੀਤੇ ਜਾਣਗੇ। ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਨਿੱਘਾ ਸੱਦਾ ਦਿੰਦਾ ਕਿ ਤੁਸੀਂ ਸਾਰੇ ਉਸ ਰੋਜ਼ਗਾਰ ਮੇਲੇ 'ਚ ਸ਼ਿਰਕਤ ਕਰਿਓ ਤਾਂ ਕਿ ਖੁਸ਼ਹਾਲ ਜ਼ਿੰਦਗੀ ਬਸਰ ਹੋ ਸਕੇ, ਇੱਜ਼ਤ ਦੀ ਰੋਟੀ ਬੱਚੇ ਕਮਾ ਸਕਣ ਔਰ ਸਰਕਾਰ ਦਾ ਜਿਹੜਾ ਵਾਅਦਾ ਹੈ ਉਸ 'ਤੇ ਅਸੀਂ ਪੂਰਾ ਉਤਰ ਸਕੀਏ। ਘਰ ਘਰ ਰੋਜ਼ਗਾਰ ਯੋਜਨਾ ਪੰਜਾਬ ਸਰਕਾਰ ਦਾ ਇੱਕ ਬਹੁਤ ਐਂਬੀਸ਼ੀਅਸ ਪ੍ਰੋਗਰਾਮ ਹੈ ਔਰ ਮੈਂ ਕਹੂੰਗਾ ਕਿ ਇੱਕ ਫਲੈਗਸ਼ਿਪ ਸਕੀਮ ਹੈ। ਇਸ ਦੇ ਅੰਦਰ ਸਰਕਾਰ ਵਚਨਬੱਧ ਹੈ ਕਿ ਪੰਜਾਬ ਦਾ ਹਰ ਉਹ ਨੌਜਵਾਨ ਜਿਹੜਾ ਕੰਮ ਕਰਨ ਦਾ ਇੱਛੁਕ ਹੈ, ਨੌਕਰੀ ਕਰਨ ਦਾ ਇੱਛੁਕ ਹੈ, ਉਹਨੂੰ ਉਸਦੀ ਯੋਗਤਾ ਦੇ ਮੁਤਾਬਕ ਜਾਂ ਕੋਈ ਕੰਮ ਕਰਵਾਇਆ ਜਾਵੇ ਜਾਂ ਉਸਨੂੰ ਨੌਕਰੀ ਦਿਲਵਾਈ ਜਾਵੇ। ਇਸ ਸੰਬੰਧ ਦੇ ਵਿੱਚ ਪਹਿਲਾਂ ਹੀ 2 ਵੱਡੇ ਰੁਜ਼ਗਾਰ ਮੇਲੇ ਲੱਗ ਚੁੱਕੇ ਹਨ, MGSVY ਦੇ ਕੈਂਪ ਵੀ ਲੱਗ ਚੁੱਕੇ ਹਨ। ਹੁਣ ਇਹ ਤੀਸਰਾ ਵੱਡਾ ਮੇਲਾ 12-13 ਨਵੰਬਰ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਲੱਗੇਗਾ ਅਤੇ 14-19 ਤਰੀਕ ਤੱਕ ਇਹ ਮੇਲਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਲੱਗੇਗਾ। ਇਸ ਜੋਬ ਫੇਅਰ ਦੇ ਵਿੱਚ 6,688 ਵੇਕੈਂਸੀਜ਼ ਵੀ ਹਨ, ਜੋ ਕਿ ਕੋਈ ਵੀ ਬੱਚਾ ਜਿਹਨੇ ਆਪਣੀ 8ਵੀਂ ਪਾਸ ਕੀਤੀ ਹੋਈ ਹੈ ਅਤੇ 18 ਸਾਲ ਤੋਂ ਵੱਧ ਉਮਰ ਦਾ ਬੱਚਾ ਹੈ, ਉਹ ਇਸ ਪਲੇਸਮੈਂਟ ਦੇ ਵਿੱਚ ਬੈਠ ਸਕਦਾ ਹੈ। BTECH ਹੋਵੇ, ਕੋਈ ਡਿਪਲੋਮਾ ਕੋਰਸ ਕੀਤਾ ਹੋਇਆ ਹੈ, ਆਪਣੀ ਯੋਗਤਾ ਦੇ ਹਿਸਾਬ ਨਾਲ ਉਹ ਇਸ ਜੋਬ ਫੇਅਰ ਦੇ ਵਿੱਚ ਹਿੱਸਾ ਲੈ ਸਕਦਾ ਹੈ। ਇਸ ਜੋਬ ਫੇਅਰ ਦੇ ਵਿੱਚ ਭਾਗ ਲੈਣ ਵਾਸਤੇ www.karkarrozgar.punjab.gov.in ਤੇ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਜਾਂ ਕੋਈ ਹੈਲਪ ਜਾਂ ਸਪੋਰਟ ਦੀ ਲੋੜ ਹੋਵੇ ਤਾਂ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਅਤੇ ਐਂਟਰਪ੍ਰਾਈਜ਼ ਜਿਹੜਾ ਕਿ ਚਿਲਡਰਨਸ ਪਾਰਕ ਦੇ ਓਪੋਜ਼ਿਟ ਹੈ, ਸਿਵਲ ਲਾਈਨਸ ਦੇ ਵਿੱਚ ਮੌਜੂਦ ਹੈ, ਉੱਥੇ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਰੁਜ਼ਗਾਰ ਭਵਨ ਦੇ ਵਿੱਚ ਹਰ ਰੋਜ਼ ਜਦੋਂ ਤੱਕ ਜੋਬ ਫੇਅਰ ਸ਼ੁਰੂ ਨਹੀਂ ਹੁੰਦਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਹੜੇ ਕਿ ਮੁਫਤ ਤੁਹਾਨੂੰ ਇੱਕ ਪਰਸਨੈਲਿਟੀ ਡਿਵੈਲਪਮੈਂਟ ਕੋਰਸ, ਕੰਪਿਊਟਰ ਸਕਿੱਲ ਬੇਸਿਕ ਕੋਰਸ ਅਤੇ ਇੱਕ ਰਿਜ਼ਿਊਮੇ ਮੇਕਿੰਗ ਕੋਰਸ ਸਿਖਾਇਆ ਜਾਵੇਗਾ। ਨਾਲੇ ਹਰੇਕ ਕਾਲਜ ਦੇ ਵਿੱਚ ਵੀ ਆਹੀ ਮੋਡਿਊਲ ਸਿਖਾਇਆ ਜਾ ਰਿਹਾ ਹੈ। Hi, Shubham Goyal, pursuing my BTECH from Gyani Jal Singh College of Engineering and Technology. I have registered myself on Gargar Rozgar portal. Hello, myself Ekta. I am pursuing my BTECH from Gyani Jal Singh College, Bathinda. ਮੈਂ ਰੋਜ਼ਗਾਰ ਭਵਨ ਵਿੱਚ ਰਜਿਸਟਰ ਕੀਤਾ ਸੀ, ਜਿਸ ਕਰਕੇ ਮੈਂ ਜਿਹੜੇ ਇਹਨਾਂ ਨੇ ਜੋਬ ਫੇਅਰ ਕੰਡਕਟ ਕੀਤੇ ਆ ਮੈਂ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜਿਹਦੇ ਕਰਕੇ ਮੇਰਾ ਕੀ ਆ ਪਲੇਸਮੈਂਟ ਹੋਈ ਆ ਕੋਗਨੀਟਰ ਕੰਪਨੀ ਦੇ ਵਿੱਚ। 2.4 lakh ਪੈਕੇਜ ਹੈ ਜਿਸ ਦਾ। ਮੈਂ ਜਤਿਨ ਗਰਗ ਗਿਆਨੀ ਜਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿੱਚੋਂ ਆਪਦੀ BTECH ਦੀ ਡਿਗਰੀ ਪੂਰੀ ਕਰ ਰਿਹਾ ਹਾਂ ਅਤੇ ਮੈਂ ਰੋਜ਼ਗਾਰ ਭਵਨ ਵਿੱਚ ਰਜਿਸਟਰ ਕੀਤਾ ਸੀ, ਜਿਸ ਕਰਕੇ ਇਹਨਾਂ ਵੱਲੋਂ ਮੈਨੂੰ ਕੋਲਜ ਆਈਆਂ ਜੋਬ ਫੇਅਰ ਅਟੈਂਡ ਕਰਨ ਲਈ ਅਤੇ ਉਹ ਜੋਬ ਫੇਅਰ ਵਿੱਚ ਮੈਂ ਵੱਧ ਚੜ੍ਹ ਕੇ ਹਿੱਸਾ ਲਿੱਤਾ, ਜਿਸ ਕਰਕੇ ਮੇਰੀ ਸਕੋਪ ਟੈਲੀਕੋਮ ਵਿੱਚ ਪਲੇਸਮੈਂਟ ਹੋ ਗਈ ਅਤੇ ਉਹਨਾਂ ਅਤੇ ਸਕੋਪ ਟੈਲੀਕੋਮ ਵੱਲੋਂ ਮੈਨੂੰ 1.5 lakh ਦਾ ਪੈਕੇਜ ਔਫਰ ਕੀਤਾ ਗਿਆ। ਮੇਰਾ ਨਾਮ ਸਚਿਨ ਬਾਂਸਲ ਹੈ, ਮੈਂ ਪਟਿਆਲਾ ਯੂਨੀਵਰਸਿਟੀ ਤੋਂ BA ਕੀਤੀ ਹੈ ਅਤੇ ਮੈਂ ਰੋਜ਼ਗਾਰ ਭਵਨ ਬਠਿੰਡਾ ਵਿਖੇ ਰਜਿਸਟ੍ਰੇਸ਼ਨ ਕਰਵਾਈ ਸੀ। ਇਹਨਾਂ ਦੁਆਰਾ ਲਗਾਏ ਗਏ ਮੇਲਿਆਂ ਵਿੱਚ ਮੈਂ ਅਟੈਂਡ ਕੀਤੇ ਅਤੇ ਇਹਨਾਂ ਨੇ ਮੇਰੀ ਪਲੇਸਮੈਂਟ ਸਿਪਲਾ ਕੰਪਨੀ ਵਿੱਚ ਕਰਵਾਈ, ਜਿੱਥੇ ਮੇਰਾ ਪੈਕੇਜ 1.5-2 lakh ਸਲਾਨਾ ਹੈ। ਮੇਰਾ ਨਾਮ ਲਵਪ੍ਰੀਤ ਸਿੰਘ ਹੈ, ਮੈਂ ਪਿੰਡ ਮਹਿਤੇ ਦਾ ਰਹਿਣ ਵਾਲਾ ਹਾਂ। ਮੈਂ ਆਪਦਾ ਨਾਮ ਰੁਜ਼ਗਾਰ ਦਫ਼ਤਰ ਵਿੱਚ ਦਿੱਤਾ ਸੀ, ਜਿੱਥੋਂ ਕਿ ਮੇਰੀ ਨੌਕਰੀ ਲੱਗੀ ਹੈ। ਅੱਜ ਮੈਂ ਬਠਿੰਡਾ ਏਅਰਪੋਰਟ 'ਤੇ ਜੋਬ ਕਰਦਾ ਅਤੇ ਮੇਰਾ ਸਾਲ ਦਾ ਪੈਕੇਜ 2,88,000। ਇਸ ਲਈ ਬਠਿੰਡਾ ਦੇ ਨੌਜਵਾਨਾਂ ਨੂੰ ਨਿੱਘਾ ਸੱਤਾ ਦਿੱਤਾ ਜਾਂਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਮੈਗਾ ਜੋਬ ਫੇਅਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ।